16 साल की कुड़ी ਤੁਸੀਂ ਲੈ ਕੇ ਆ ਰਹੇ ਹੋ ਮੈਚੋਰ ਜੁਗਾਰ ਮੈਚੋਰ ਮੈਂ ਮੈਚੋਰ ਹਾਂ ਮੈਨੂੰ ਪਤਾ ਤੂੰ ਕਿੱਦਾਂ ਲੈ ਕੇ ਆਈਆਂ ਤੂੰ ਚਿੱਟਾ ਨਸ਼ਾ ਦਾ ਤੇਰੇ ਕੁਮਾਰ ਸਾਰਾ ਪਤਾ ਕਰਵਾਇਆ ਮੈਂ ਨਹੀਂ ਕਰਦੀ ਕੁਝ ਨਹੀਂ ਕਰਦੀ ਤੂੰ ਸਭ ਕੁਝ ਕਰਦੀ ਹੈ ਤੂੰ ਅਨਲੌਕ ਕਰਕੇ ਲੌਕ ਕਰ ਤੂੰ ਸਭ ਕੁਝ ਕਰਦੀ ਹੈ ਤੈਨੂੰ ਤੈਨੂੰ ਮੈਂ ਤੇਰਾ ਸਾਰੇ ਘਰ ਦੀ ਤੇਰੀ ਸਾਰੀ ਕੁਵਾਰੀ ਕਰਾਈ ਹੈ ਤੇਰੇ ਆਂਡ ਗਵਾਂਡ ਸਾਰਾ ਬੋਲਦਾ ਪਿਆ ਵਾ ਇੱਕ ਮਿੰਟ ਮੇਰੀ ਗੱਲ ਬਿਲਕੁਲ ਨਹੀਂ ਤੂੰ ਨਾ ਬਿਲਕੁਲ ਤੈਨੂੰ ਮੈਂ ਸ਼ੇਰ ਦੀ ਲੱਭਦੀ ਪਈ ਹਾਂ ਤੈਨੂੰ ਮੈਂ ਮੇਰੀ ਗੱਲ ਚੱਕਾ ਤੂੰ ਮੇਰਾ ਫੋਨ ਕਿਉਂ ਕਰਦੀ ਪਈ ਹੈ ਮੈਡਮ ਜੀ ਅਸੀਂ ਸਿੱਟਣ ਵਾਲੇ ਹਾਂ ਮੈਨੂੰ ਪਤਾ ਹੈ ਪਾਰਟੀ ਹੈ ਅਸੀਂ ਲੱਭ ਲਿਆ ਤੁਹਾਨੂੰ ਠੀਕ ਹੈ ਪਤਾ ਮੇਰੀ ਗੱਲ ਸੁਣੋ ਸਾਨੂੰ 3 ਘੰਟੇ ਹੋ ਗਏ ਤੇ ਫੇਰ ਵੀ ਘੁੰਮਦੇ ਆ 3 ਘੰਟੇ ਤੋਂ ਤੁਹਾਡਾ ਡਰਾਈਵ ਲੱਗਾ ਹੋਇਆ ਸੀ ਏਰੀਏ 'ਚ ਤੁਸੀਂ ਕਿਉਂ ਦੇਈ ਤੁਹਾਨੂੰ ਗੱਲ ਬੜੀ ਸਕਦੇ ਹੈ ਹੈ 3 ਘੰਟੇ ਹੋ ਗਏ ਗਲੀ 'ਚ ਗੱਡੀ ਖੜੀ ਨੂੰ ਗੱਡੀ ਉਹ ਗਲੀ 'ਚ ਖੜੀ ਆਪ ਇੱਥੇ ਦੱਸੋ ਤੈਨੂੰ ਛੱਡੂਗੀ ਨਹੀਂ ਮੈਂ ਤੈਨੂੰ ਮੈਂ ਗੱਲ ਦੱਸਾਂ ਤੂੰ ਚੱਲ ਪਹਿਲੇ ਜਲੰਧਰ ਜਿਹੜੀ ਤੂੰ ਆਈ ਹੈ ਨਾ ਤੈਨੂੰ ਹੈਬੋਵਾਲ ਤੇ ਥਾਣੇ ਕਰਵਾਉਂਦੀ ਉਹਨੂੰ ਚੱਲ ਤੂੰ ਉਹ ਚੱਪ ਕੇ ਦੀਦੀ ਲੱਗਦੀ ਉਹ ਤੜਫਣ ਦੇ ਮੱਛੀ ਮੰਗੂ ਜਿਹੜੀ ਕੁੜੀ ਆ ਠੀਕ ਹੈ ਤੁਹਾਨੂੰ ਸ਼ਰਮ ਸੈਟਲਮੈਂਟ ਹੋਣ ਜਾ ਰਹੀ ਸੀ 20 ਲੱਖ ਰੁਪਏ ਦੀ ਹੋਈ ਸੀ ਕੋਈ ਇਦਾਂ ਦੀ ਗੱਲ ਹੈ ਸਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਜਿਹੜਾ ਇਹ ਪਾਉ ਡਾਂਦਾ ਪਿਆ ਉਹ ਆਪਣੀ ਮਾਂ ਧੀ ਨੂੰ ਅੱਗੇ ਕਰਕੇ ਉਹ ਕੁਝ ਮਰਜ਼ੀ ਕਰ ਸਕਦਾ ਏ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਇਸ ਚੀਜ਼ ਦੀ ਕੀ ਹੋਇਆ ਸੀ ਤੁਹਾਡੀ ਬੇਟੀ ਦੇ ਨਾਲ ਸਰ 6 ਮਈ ਨੂੰ ਮੇਰੀ ਗੁੜੀਆ ਠੀਕ ਹੈ ਜੀ ਇੱਕ ਮੇਰੀ ਮੰਮਾ ਦੇ ਘਰ ਦੇ ਨਾਲ ਦੋ ਤਿੰਨ ਘਰ ਛੱਡ ਕੇ ਜਾਂ ਕਿ ਲੇਡੀਜ਼ ਰਹਿੰਦੀ ਆ ਠੀਕ ਹੈ ਜੀ ਉਹ ਲੇਡੀਜ਼ ਮੇਰੀ ਗੁੜੀਆ ਨੂੰ 6 ਮਈ ਨੂੰ ਜਲੰਧਰ ਲੈ ਆਉਂਦੀ ਆ ਜਦੋਂ ਜਲੰਧਰ ਲੈ ਕੇ ਆਉਂਦੀ ਆ ਸਾਨੂੰ ਕੁਝ ਪਤਾ ਨਹੀਂ ਸੀ ਕਿ ਜਲੰਧਰ ਲੈ ਕੇ ਆਈ ਮੈਂ ਲੋਕੇਸ਼ਨ ਕਢਵਾਈ ਉਹਦੀ ਮੇਰੀ ਗੁੜੀਆ ਦੀ ਤੇ ਨਾਮ ਕੀ ਉਸ ਲੇਡੀਜ਼ ਦੀ ਲੋਕੇਸ਼ਨ ਇੱਥੇ ਹੀ ਬੋਲਦੇ ਸੀ ਉਹ ਲੇਡੀਜ਼ ਬਾਰ-ਬਾਰ ਇਹੀ ਇੱਕੋ ਗੱਲ ਕਰ ਰਹੀ ਸੀ ਕਿ ਤੁਹਾਡੇ ਕੋਲ ਕੀ ਪ੍ਰੂਫ ਆ ਕਿ ਤੁਹਾਡੀ ਗੁੜੀਆ ਮੇਰੇ ਨਾਲ ਆ ਇੱਕੋ ਇਹੀ ਗੱਲ ਜਦੋਂ ਲੋਕੇਸ਼ਨ ਮਿਲੀ ਦੋਨਾਂ ਦੀ ਇਕੱਠੇ ਲੋਕੇਸ਼ਨ ਮਿਲੀ ਚੌਂਕ ਦੇ ਵਿੱਚ ਲੋਕੇਸ਼ਨ ਮਿਲੀ ਠੀਕ ਹੈ ਜੀ ਅਸੀਂ ਪੂਰਾ ਘੰਟਾ ਡੇਢ ਘੰਟਾ ਸੀ ਇੱਥੇ ਘੁੰਮਦੇ ਰਹੇ ਕਿ ਮੇਰੀ ਲੜਕੀ ਸਾਨੂੰ ਉਸ ਟਾਈਮ ਨਹੀਂ ਮਿਲੀ ਸਾਨੂੰ ਇੱਕ ਗੱਡੀ ਲੁਧਿਆਣਾ ਜਿਹੜੀ ਲੋਕੇਸ਼ਨ ਸੀ ਸਾਨੂੰ ਉਸ ਜਦੋਂ ਨਾਮ ਕਿ ਅਸੀਂ ਗਲੀਆਂ 'ਚ ਘੁੰਮੇ ਉਹ ਲਾਸਟ ਲੋਕੇਸ਼ਨ ਉਹ ਗੱਡੀ 'ਚ ਬੋਲਦੀ ਪਈ ਸੀ ਠੀਕ ਹੈ ਜੀ ਜਦੋਂ ਲੋਕੇਸ਼ਨ ਨਾਮ ਕਿ ਗੱਡੀ ਤੇ ਬੋਲਦੀ ਪਈ ਸੀ ਉਹ ਗੱਡੀ ਇੱਕ ਨਾਮ ਕਿ ਲੁਧਿਆਣਾ ਨੰਬਰ ਗੱਡੀ ਸੀਗੀ ਬਾਕੀ ਸਾਰੀਆਂ ਜਲੰਧਰ ਫਗਵਾੜਾ ਆਮ ਜਿਹੜੀਆਂ ਆਮ ਗੱਡੀਆਂ ਸੀਗੀਆਂ ਅਸੀਂ ਜਦੋਂ ਲੁਧਿਆਣਾ ਨੰਬਰ ਗੱਡੀ ਸੀ ਅਸੀਂ ਉੱਥੋਂ ਹੀ ਸ਼ੱਕ ਸਾਨੂੰ ਹੋਇਆ ਕਿ ਸਾਡੀ ਗੁੜੀਆ ਇੱਥੇ ਇਸੇ ਗੱਡੀ ਦੇ ਵਿੱਚ ਆਈ ਆ ਜਦੋਂ ਡਰਾਈਵਰ ਆਇਆ ਅਸੀਂ ਡਰਾਈਵਰ ਨੂੰ ਪੁੱਛਗਿੱਛ ਕੀਤੀ ਤੇ ਡਰਾਈਵਰ ਖੁਦ ਮੰਨ ਗਿਆ ਕਿ ਅਸੀਂ ਲੁਧਿਆਣੇ ਤੋਂ ਹੈਬੋਵਾਲ ਤੋਂ ਦੋ ਮੱਕੀ ਇੱਕ ਜੋਤੀ ਨਾਮ ਦੀ ਲੇਡੀਸ ਤੇ ਇੱਕ ਮੇਰੀ ਗੁੜੀਆ ਨੂੰ ਲੈ ਕੇ ਆਏ ਨੇ ਜਦੋਂ ਅਸੀਂ ਡਰਾਈਵਰ ਜਦੋਂ ਡਰਾਈਵਰ ਨੂੰ ਅਸੀਂ ਕਿਹਾ ਕਿ ਤੂੰ ਸਪੀਕਰ ਔਨ ਕਰਕੇ ਉਹ ਲੇਡੀਜ਼ ਨਾਲ ਗੱਲ ਕਰ ਉਹਨੇ ਸਪੀਕਰ ਔਨ ਕੀਤਾ ਤੇ ਸਾਨੂੰ ਇਸੇ ਚੌਂਕ ਦੇ ਵਿੱਚ ਮੇਰੀ ਗੁੜੀਆ ਤੇ ਉਹ ਲੇਡੀਜ਼ ਸਾਨੂੰ ਮਿਲੀ ਆ ਤੇ ਬਾਕੀ ਮੈਂ ਆਪਣੀ ਦੱਸੀ ਕਿ ਮੰਮਾ ਮੇਰੇ ਨਾਲ ਜੋਤੀ ਨੇ ਇਹ ਕੁਝ ਕੀਤਾ 2 ਮਿੰਟ ਮੈਨੂੰ ਨਸ਼ਾ ਕਰਵਾ ਰਹੀ ਸੀ ਮੈਨੂੰ ਇਹਨਾਂ ਨੇ ਐਕਚੁਅਲੀ ਜੋਤੀ ਉਹਨਾਂ ਨੇ ਪਲੈਨਿੰਗ ਬਣਾਈ ਸੀਗੀ ਕਿ ਜਦੋਂ ਮੈਂ ਚੌਂਕ 'ਚ ਵੀ ਇੱਥੇ ਨਾ ਇਹ ਜਦੋਂ ਚੌਂਕ ਦੇ ਵਿੱਚ ਗੁੜੀਆ ਜਦੋਂ ਇੱਥੇ ਆਈ ਆ ਠੀਕ ਹੈ ਜੀ ਜੋ ਇਹ ਕਿਤੇ ਇਹਨੂੰ ਮੈਨੂੰ ਗੁੜੀਆ ਨੇ ਇਹ ਵੀ ਗੱਲ ਦੱਸੀ ਕਿ ਮੈਨੂੰ ਇਹ ਕਿਤੇ ਹੋਟਲ ਛੱਡਣ ਚੱਲੀ ਸੀ ਪਤਾ ਨਹੀਂ ਇਹਨੂੰ ਵੇਚਣ ਚੱਲੀ ਸੀ ਕਿੱਥੇ ਚੱਲੀ ਸੀ ਕੁਝ ਨਹੀਂ ਪਤਾ ਠੀਕ ਹੈ ਜੀ ਇਹ ਮੇਰੀ ਗੁੜੀਆ ਨੂੰ ਕਹਿੰਦੀ ਕਿ ਮੈਨੂੰ ਇਹਦੀ ਮਦਰ ਦੇ ਜੋਤੀ ਮਦਰ ਦੇ ਕੋਲ ਕਿਤੇ ਆਉਂਦੇ ਹੋਣੇ ਮੈਂ ਗਲੀ 'ਚ ਬੋਲਦੀ ਪਈ ਸੀਗੀ ਇਹ ਕਹਿੰਦੀ ਤੇਰੀ ਮਾਂ ਜ਼ਿਆਦਾ ਗਲੀ 'ਚ ਬੋਲਦੀ ਪਈ ਆ ਤੂੰ ਇੱਧਰ ਹੋਟਲ ਚੱਲ ਕਿ ਮੈਂ ਤੇਰੇ ਕੋਲ ਵਾਪਸ ਆਉਂਦੀ ਹਾਂ ਠੀਕ ਹੈ ਜੀ ਮੈਂ ਦੇਖ ਕੇ ਆਉਂਦੀ ਹਾਂ ਕਿ ਤੇਰੀ ਤੇਰੀ ਮਾਂ ਇੱਥੇ ਕਿਉਂ ਜ਼ਿਆਦਾ ਹੋਈ ਪਈ ਆ ਠੀਕ ਹੈ ਜੀ ਜਦੋਂ ਮੈਨੂੰ ਜਦੋਂ ਮੈਨੂੰ ਸਾਰੀ ਗੁੜੀਆਂ ਨੇ ਹੋਸ਼ ਜਦੋਂ ਹੋਸ਼ ਚਾਹੀਏ ਉਹ ਸਾਰੀਆਂ ਗੱਲਾਂ ਮੇਰੀ ਗੁੜੀਆਂ ਨੇ ਮੈਨੂੰ ਉਦੋਂ ਦੱਸੀਆਂ ਤੇ ਅੱਜ ਕੀ ਕਰਨ ਆਏ ਤੂੰ ਅੱਜ ਅਸੀਂ ਇਹੀ ਦੇਖਣ ਆਏ ਹਾਂ ਜੀ ਕਿ ਨਾਮ ਕੀ ਕਿਉਂ ਇੱਕ ਹਲੇ ਸੋਹਿਲ ਸ਼ਰਮਾ ਜੀ ਹਲੇ ਗ੍ਰਿਫਤਾਰ ਹੋਇਆ ਜੀ ਬਾਕੀ ਅਸੀਂ ਪੁੱਛਣ ਆਏ ਹਾਂ ਕਿ ਬਾਕੀ ਕੀ ਬਣਿਆ ਅਤੇ ਦੂਜਾ ਨਾਮ ਕੀ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਕਹਿਣ ਆਈ ਹਾਂ ਕਿ ਲੁਧਿਆਣਾ ਵਿੱਚ ਵੀ ਜਿਹੜੇ ਸਪਾ ਪਾਰਲਰ ਆ ਉੱਥੇ ਵੀ ਕੋਈ ਰੇਟ ਮਾਰ ਕੇ ਪਤਾ ਕਰੋ ਕਿ ਜੋਤੀ ਦਾ ਕਿਸੇ ਨਾ ਕਿਸੇ ਬੰਦੇ ਨਾਲ ਉੱਥੇ ਨਾ ਕੋਈ ਨਾ ਕੋਈ ਵਿਊ ਮਿਲ ਸਕਦਾ ਵਾ ਉੱਥੋਂ ਆਪਾਂ ਨੂੰ ਜੋਤੀ ਜਲਦੀ ਗ੍ਰਿਫਤਾਰ ਹੋ ਸਕਦੀ ਹੈ ਤੇ ਪੁਲਿਸ ਵੱਲੋਂ ਇੱਕ ਦੋਸ਼ੀ ਫੜਿਆ 12 ਤਰੀਕ ਦਾ ਪਰਚਾ ਦਰਜ ਹੋਇਆ ਹਾਲੇ ਤੱਕ ਵੀ ਨਹੀਂ ਫੜਿਆ ਜਾ ਰਿਹਾ ਗੈਂਗ ਰੇਪ ਲੜਕੀ ਨਾਲ ਹੁੰਦਾ ਹੈਗਾ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਆ ਕਿਉਂਕਿ ਦੇਖੋ ਮੈਂ ਖੁਦ ਦੇਖਿਆ ਵਾ ਕਿ ਅਖਬਾਰਾਂ ਵੀ ਪੜ੍ਹਦੀ ਹਾਂ ਮੈਂ ਜੋਤੀ ਦੇ ਘਰ 2-3 ਵਾਰ ਰੇਡ ਵੀ ਪੈ ਚੁੱਕੀ ਹੈ ਅਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਬਾਕੀ ਇਹ ਹੈ ਕਿ ਲੁਧਿਆਣਾ ਦੇ ਵਿੱਚ ਜਿਹੜੇ ਸਪਾ ਪਾਰਲਰ ਨੇ ਉੱਥੇ ਇੱਕ ਵਾਰ ਰੇਟ ਮਾਰੋ ਉਹਦੇ ਜੋਤੀ ਦੇ ਭਰਾ ਨੂੰ ਉਹਦੇ ਫਾਦਰ ਨੂੰ ਪਕੜੋ ਤੁਸੀਂ ਉਹਨਾਂ ਨੂੰ ਸਭ ਪਤਾ ਵਾ ਕਿ ਜੋਤੀ ਕਿੱਥੇ ਡੇਲੀ ਗੱਲਬਾਤ ਚੱਲਦੀ ਆ ਹਲੇ ਜੋਤੀ ਦਾ ਫਾਦਰ ਵੀ ਉੱਥੇ ਹੀ ਆ ਠੀਕ ਹੈ ਜੀ ਬ੍ਰਦਰ ਵੀ ਉੱਥੇ ਹੀ ਆ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਜੋਤੀ ਕਿੱਥੇ ਆ ਕਿੱਥੇ ਨਹੀਂ ਆ